ਪਿੰਡ ਵਡਾਲਾ ਬਿੱਟੇ ਪਿੰਡ ਦੇ ਕੁਝ ਲਾਭਪਾਤਰੀਆਂ ਨੇ ਬਿਨਾਂ ਕਿਸੇ ਅਧਿਕਾਰੀ ਦੇ ਨਾਂ ਨਿਸ਼ਾਨਦੇਹ ਦੇ ਪੰਚਾਇਤੀ ਜ਼ਮੀਨ ਤੇ 100 ਵਰਗ ਗਜ ਦੇ ਪਲਾਟ ਦੀ ਵੰਡ ਕਰਕੇ ਕਬਜ਼ਾ ਕਰਨ ਵਾਲਿਆਂ ਨੂੰ ਥਾਣਾ ਕੰਬੋਹ ਪੁਲਿਸ ਨੇ ਰੋਕ ਦਿੱਤਾ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਪਿੰਡ ਵਡਾਲਾ ਬਿੱਟੇ ਪਿੰਡ ਦੇ ਵਸਨੀਕ ਪ੍ਰਧਾਨ ਜਸਬੀਰ ਸਿੰਘ, ਮਨਜੀਤ ਸਿੰਘ ਵਡਾਲਾ, ਰਣਦੀਪ ਵਡਾਲਾ, ਰੋਸ਼ਨ ਕੁਮਨ ਸਿੰਘ ਅਤੇ ਬਲਦੇਵ ਸਿੰਘ ਦੇ ਪਿੰਡ ਵਾਸੀਆਂ ਨੇ ਦੱਸਿਆ 1975 ਵਿੱਚ 5 ਏਕੜ ਦੀ ਜਗ੍ਹਾ ਵਿੱਚ ਕੁਝ ਲੋੜਵੰਦ ਪਰਿਵਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਰੂਪ ਵਿੱਚ 100 ਵਰਗ ਗਜ ਦੇ ਪਲਾਟ ਦੇ ਮੁਫ਼ਤ ਘਰ ਬਣਾਉਣ ਦੀ ਅਲਾਟਮੈਂਟ ਕੀਤੀ, ਪਰੰਤੂ 44 ਸਾਲ ਬੀਤ ਜਾਣ ਤੇ ਵੀ ਕਿਸੇ ਅਧਿਕਾਰੀ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ। ਸਾਡੇ ਪਿੰਡ ਦਾ ਮਸਲਾ ਕੋਈ ਨਹੀਂ ਹੈ ਜੀ, ਇਹ ਗਰੀਬਾਂ ਦੇ ਪਲਾਟ ਹੀ 1975 ਦੇ ਵਿੱਚ ਕੱਟੇ ਗਿਆ ਹੈ ਜੀ, ਪਹਿਲੀ ਉਦੋਂ ਦੀ ਪੰਚਾਇਤ ਦੇ ਵੇਲੇ ਦੇ, ਤੇ ਉਦੋਂ ਦੇ ਪਲਾਟ ਵੀ ਇੱਦਾਂ ਦੇ ਕਿਸੇ ਨੇ ਕਬਜ਼ਾ ਕੀਤਾ ਸੀ, ਕਿਸੇ ਨੇ ਨਹੀਂ ਕੀਤਾ, ਵਿਹਲੇ ਪਏ ਸੀ, ਜ਼ਮੀਨ ਵਿਹਲੀ ਪਈ ਸੀ, ਤੇ ਹੁਣ ਇਹ ਗਰੀਬਾਂ ਨੇ ਜਿਨ੍ਹਾਂ ਜਿਨ੍ਹਾਂ ਕੋਈ ਸੰਦ ਹੈਗੇ ਸੀ ਤੇ ਉਹਨਾਂ ਨੇ ਆਪੋ ਆਪਣੇ ਪਲਾਟ ਵੀ ਇੱਥੇ ਨਿਸ਼ਾਨਦੀਆਂ ਲਾ ਕੇ ਤੇ ਆਪੋ ਆਪਣੇ ਚਾਰਦਵਾਰੀ ਕਰਨ ਡਿਆ ਨੇ, ਤੇ ਇਹਦੇ ਵਿੱਚ ਪੰਚਾਇਤ ਦਾ ਕੋਈ ਮੁੱਦਾ ਹੀ ਨਹੀਂ ਹੈਗਾ ਜੀ। ਇਹ BDO ਸਾਹਿਬ ਵੀ ਮੈਨੂੰ ਫੋਨ ਕਰਨ ਡਿਆ ਸੀ, ਸੈਕਟਰੀ ਸਾਹਿਬ ਵੀ ਆਪਣੇ ਵੀ ਤੁਹਾਡੇ 'ਤੇ ਪਰਚਾ ਹੋ ਜਾਣਾ, ਤੁਸੀਂ ਨਜਾਇਜ਼ ਕੰਮ ਕਰ ਰਹੇ ਜੋ, ਪਰ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈਗਾ ਜੀ। ਇਹ ਗਰੀਬਾਂ ਦੇ ਪਲਾਟ ਹੈ ਅਤੇ ਗਰੀਬ ਹੀ ਵਲਣ ਡਿਆ ਨੇ, ਅਤੇ ਸਾਡਾ ਤਾਂ ਇਹਦੇ ਵਿੱਚ ਨਾ ਕੋਈ ਮਤਾ ਪਾਇਆ, ਨਾ ਕੋਈ 1975 ਦੇ ਸੰਦ ਇਹਨਾਂ ਦੇ ਕੋਲ ਮੌਜੂਦ ਆ, ਅਤੇ ਸੇ ਚਲੋ ਵੀ ਇਹ ਪਰਿਵਾਰਾਂ ਦਾ ਥੋੜ੍ਹਾ ਬਹੁਤਾ ਮਾੜਾ ਮੋਟਾ ਝਗੜਾ ਹੈਗਾ ਸੀ ਵੀ ਜਿਨ੍ਹਾਂ ਦੀ ਡੈਥ ਹੋ ਚੁੱਕੀ ਸੀ ਪਿਓਾਂ ਦੀ, ਤਾਂ ਉਹ ਅਸੀਂ ਸਿਰਫ ਕਰਾਇਆ ਆ, ਬਾਕੀ ਜਿਹੜੇ ਸੰਦ ਇਹਨਾਂ ਦੇ ਕੋਲ ਉਹਨਾਂ ਨੇ ਉਸੇ ਸੰਦਾਂ ਦੇ ਭੇਜ ਤੇ ਇਹਨਾਂ ਨੇ ਇਹ ਡਿਪਟੀ ਕਮਿਸ਼ਨਰ ਨੂੰ ਚਿੱਠੀਆਂ ਵੀ BDO ਨੂੰ ਚਿੱਠੀਆਂ ਵੀ ਪਾਈਆਂ ਸੀ। ਮਸਲਾ ਸਾਡਾ ਇਹ ਜੀ, ਜਿਹੜੇ 390-75 ਦੇ ਪਲਾਟ ਕੱਟੇ ਹੋਏ ਨੇ ਗਰੀਬ ਪਰਿਵਾਰਾਂ ਦੇ, ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਗਰੀਬ ਪਰਿਵਾਰਾਂ ਨੇ ਆਪਣੇ ਪਲਾਟ ਵੱਲਣੇ ਸੀਗੇ, ਉਦੋਂ ਕਾਫੀ ਕਈਆਂ ਦਾ ਜਿਸ ਤਰ੍ਹਾਂ ਨਿਸ਼ਾਨਦੇਹੀ ਉਦੋਂ ਕਰਵਾਈ ਨਹੀਂ ਗਈ, ਕਈ ਬੰਦਿਆਂ ਦੇ ਵਲੇ ਗਏ, ਕਈਆਂ ਦੇ ਨਹੀਂ। ਇਹ ਹੁਣ ਜਿਹੜੇ ਗਰੀਬ ਜਨਤਾ ਵਾ, ਇਕੱਠ ਹੋਈ ਆ, ਇਕੱਠ ਕੀਤਾ ਹੈ ਲੋਕਾਂ ਨੇ, ਇਹ ਇਕੱਠ ਕਰਕੇ ਤੇ ਆਪਣੀ ਪਲਾਟਿੰਗ ਦੇ ਨਿਸ਼ਾਨਦੇਹੀ ਲੈ ਰਹੇ ਨੇ। ਇਹਦੇ ਵਿੱਚ ਵੀ ਆਪਣੀ ਸੇਵਾ ਇਕੱਠੀ ਕਰਕੇ ਗਰੀਬ ਬੰਦੇ, ਸਾਰਾ ਪਿੰਡ ਇਕੱਠਾ ਹੋਇਆ ਜੀ, ਇੱਥੇ ਆਪਣੀ ਜਿਹੜੀ ਪਲਾਟਿੰਗ ਇੱਥੇ ਨਿਸ਼ਾਨਦੇਹੀ ਲੈ ਕੇ ਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਆ ਜੀ। ਇਹਦੇ ਵਿੱਚ ਨਾ ਤੇ ਕੋਈ ਪੰਚਾਇਤ ਦਾ ਜੀ ਇਹ 'ਚ ਰੋਲ ਹੈ, ਤੇ ਨਾ ਹੀ ਕੁਛ ਜੀ। ਅਸੀਂ RTI ਵੀ ਪਵਾਈ ਹੋਈ ਆ, BDO ਸਾਹਿਬ ਨੂੰ ਵਾਰ ਵਾਰ ਮੰਗ ਪੱਤਰ ਦੇਣ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਸੇ ਨੇ ਵੀ ਸਾਡੀ ਸੁਣਵਾਈ ਨਹੀਂ ਕੀਤੀ, ਤੇ ਅਸੀਂ ਜਿਹੜਾ ਪਿੰਡ ਦੇ ਲੈਵਲ ਤੇ ਆਪਣਾ ਕੰਮ ਕਰਵਾ ਰਹੇ ਹਾਂ, ਜੋ ਕਿ ਜੋ ਸਰਪੰਚ ਸਾਹਿਬ ਦਾ ਵਿੱਚ ਨਾਂ ਲੈ ਰਹੇ, ਕਿਉਂਕਿ ਇਹਨਾਂ ਦਾ ਵਿੱਚ ਕੋਈ ਰੋਲ ਨਹੀਂ ਹੈਗਾ। ਅਗਲਾ ਸਟੈਪ ਇਹ ਹੈ ਜੀ, ਜੇਕਰ ਸਾਡੀ ਮੰਗ ਇਹ ਨਹੀਂ ਵੀ ਪੂਰੀ ਹੁੰਦੀ, ਜੇ ਸਾਡੇ ਤੇ ਕਾਰਵਾਈ ਕਰਦੇ ਨੇ, ਕੋਈ ਰੁਕਾਵਟ ਪੈਂਦੀ ਹੈ, ਰੁਕਾਵਟ ਪੈਂਦੀ ਆ, ਫਿਰ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਦੇ ਦਰਵਾਜ਼ੇ ਗਾੜੀ ਜਾਂ BDO ਸਾਹਿਬ ਦੇ ਪਟਵਾਰੀ ਸਾਹਿਬ ਦੇ ਜਿਹੜੇ ਵੀ ਹੈਗਾ ਉੱਥੇ ਧਰਨਾ ਦੇਵਾਂਗੇ। ਅੰਮ੍ਰਿਤਸਰ ਤੋਂ ਸਨੀ ਸਹੋਤਾ, ਜੀਵੇ ਪੰਜਾਬ TV।